ਪੈਟਰੋਲ ਪੰਪ ਤੇ ਤੇਲ ਪਵਾਨ ਨੂੰ ਲੈ ਕੇ ਗੋਲੀ ਚੱਲੀ ਹੈ। ਘਟਨਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਦੀ ਹੈ, ਜਿੱਥੇ ਪੈਟਰੋਲ ਪੰਪ ਤੇ ਪੈਟਰੋਲ ਪਵਾਨ ਆਈ ਨੌਜਵਾਨ ਦੀ ਕਿਸੇ ਗੱਲ ਨੂੰ ਲੈ ਕੇ ਪੰਪ ਦੇ ਮਾਲਕ ਦੇ ਨਾਲ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਪੈਟਰੋਲ ਪੰਪ ਮਾਲਕ ਨੇ ਆਪਣੇ ਲਾਇਸੈਂਸੀ 32 ਬੋਰ ਰਿਵੋਲਵਰ ਦੇ ਨਾਲ ਫਾਇਰ ਕਰ ਦਿੱਤਾ ਤੇ ਗੋਲੀ ਅਮਰਿੰਦਰ ਸਿੰਘ ਨਾਮ ਦੇ ਨੌਜਵਾਨ ਦੀ ਲੱਤ ਵਿੱਚ ਜਾ ਲੱਗੀ। ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਵਾਰਦਾਤ ਤੋਂ ਬਾਅਦ ਪੀੜਤ ਨੌਜਵਾਨ ਤੇ ਉਸਦੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਮੇਰਾ ਬੇਟਾ ਤੇ ਇਹਨਾਂ ਦੇ ਪੈਟਰੋਲ ਲੈਣ ਗਏ ਆ ਜੀ, ਉਹ ਰੇਟ ਪਿੱਛੇ ਕੋਈ ਉਹਨਾਂ ਦੀ ਕਿਹੜੀ ਗੱਲ ਪਿੱਛੋਂ ਬਹਿਸ ਹੋਈ। ਉਹਨੇ ਮੈਨੂੰ ਫੋਨ ਲਾਇਆ, ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ। ਮੈਂ ਕਿਹਾ ਮੇਰੇ ਨਾਲ ਗੱਲ ਕਰਾ। ਉਹਨੇ ਫੋਨ ਲਾ ਕੇ ਹੋਲਡ ਫੋਨ ਆ, ਕਹਿੰਦਾ ਮੈਂ ਡੈਡੀ ਮਾਲਕ ਨਾਲ, ਮੈਂ ਕਿਹਾ ਅੰਦਰ ਹੋਊਗਾ ਗੱਲ ਕਰਾਓ। ਉਹਦਾ ਮੈਂ ਇੱਕ ਮਿੰਟ ਡੈਡੀ ਹੋਲਡ ਹੀ ਰੱਖੀ, ਫੋਨ 5:30 ਵਜੇ ਹੀ ਫੋਨ ਲਾਇਆ ਉਹਨੇ ਮੈਨੂੰ। ਅਤੇ ਇਹ ਮੈਂ ਕਿਹਾ ਤੂੰ ਗੱਲ ਕਰਾ ਉਹਦੇ ਨਾਲ ਜਾ ਕੇ, ਬਿੰਦੂ ਉਹਦਾ ਕੱਚਾ ਨਾਮ ਬਿੰਦੂ ਆ, ਪੰਪ ਮਾਲਕ ਆ ਜਿਹੜਾ ਬੰਦਾ। ਉਹਨੇ ਜਦੋਂ ਉਹਨੇ ਫੋਨ ਲੈ ਕੇ ਉਹਦੇ ਅੰਦਰਾਂ ਨੂੰ ਜਾਣ ਲੱਗਾ, ਉਦੋਂ ਸ਼ੋਰ ਨੇ ਚੀਕ ਮਾਰੀ, ਕਹਿੰਦਾ ਡੈਡੀ ਉਹ ਮਿੰਦਰ ਦੇ ਉਹਨੇ ਲੱਤ 'ਚ ਗੋਲੀ ਮਾਰਤੀ। ਮੈਂ ਕਿਹਾ ਭੱਜ ਕੇ ਜਾ ਕੇ ਤੂੰ ਉਹਨੂੰ ਕਹਿ ਵੀ ਅਸੀਂ ਕਣਗਾਲੋਂ ਹੈਗੇ ਹਾਂ, ਵੀ ਅੱਗੇ ਵੀ ਤੇਲ ਲੈ ਕੇ ਜਾਂਦੇ ਹਾਂ, ਮੈਂ ਬਲਜੀਤ ਦਾ ਮੁੰਡਾ, ਮੈਂ ਕਿਹਾ ਉਹਨੂੰ ਦੱਸ ਉਹ ਤੈਨੂੰ ਨਹੀਂ ਜਾਣਦਾ ਹੋਣਾ। ਉਹਨੇ ਇੰਨੇ ਨੂੰ ਵੀ ਤੂੰ ਵੀ ਫੋਨ ਵੀ ਖੋਲ੍ਹੇ, ਇਹਨਾਂ ਦੇ ਦੋ ਮੁੰਡਿਆਂ ਤੋਂ ਉਹਦੇ ਕੋਲ ਮੋਬਾਇਲ ਸੀ, ਫੋਨ ਵੀ ਖੋਲ੍ਹੇ ਅਤੇ ਇਹਨਾਂ ਨੂੰ ਕੁੱਟਿਆ ਮਾਰਿਆ ਬਹੁਤ, ਇਹਨਾਂ ਦੇ ਪੈਸਟਲਾਂ ਮੁੱਠੇ ਵੀ ਮਾਰੇ, 5 ਫਾਇਰ ਕੀਤੇ ਇਹਨਾਂ ਦੇ, ਕੋਈ ਕੰਨ ਕੂਲ ਦੀ ਕਿਤੋਂ ਦੀ ਕੱਢੇ ਇਹਨਾਂ ਨੇ, ਇਹਨਾਂ ਨੂੰ ਜਾਨੋਂ ਮਾਰਦੀ, ਉਹਨੇ ਕੋਈ ਕਸਰ ਨਹੀਂ ਛੱਡੀ। ਇਹ ਮੁੰਡੇ ਦਾ ਮੁੰਡਾ ਪੜ੍ਹਦਾ ਸੀਗਾ ਜਿਹਦਾ ਪੰਪ ਸੀਗਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਰੇਟ ਰੂਟ ਵੱਧ ਲਾਉਂਦੇ ਸੀਗੇ, ਅਤੇ ਮੁੰਡਿਆਂ ਨੇ ਕਿਹਾ ਵੀ ਇਸ ਤਾਂ ਆਹ ਤਾਂ ਰੇਟ ਹੀ ਨਹੀਂ ਹੈ, ਤੁਸੀਂ ਕਹਿ ਤਾਂ ਲਾਉਣੇ ਉਹਦੇ ਪਾਉਣਾ ਪਾਉਣਾ ਨਹੀਂ ਦਿੰਦੇ ਸੀ। ਜਿਹੜਾ ਕਰਿੰਦਾ ਸੀਗਾ ਉਹ ਬਹਿਸ ਖੜੋਤਾ ਵਾ, ਬੈਂਸਨ ਦੇ ਨਾਲ ਹੀ ਮੁੜ ਕੇ ਇਹ ਸ਼ੋਰਾਂ ਨਾਲ ਹੱਥਪਾਈ ਹੋ ਗਏ, ਅਤੇ ਸ਼ੋਰਾਂ ਨੇ ਐਵੇਂ ਕਿ ਸ਼ੋਰ ਵੀ ਨਾਲ ਲੜੇ ਆ, ਉਹਨਾਂ ਨਾਲ ਹੱਥਪਾਈ ਹੋਏ ਆ, ਇਹ ਕਹਿ ਕੇ ਨਹੀਂ ਲੜੇ ਗਏ। ਅਤੇ ਉਹ ਤਾਂ ਬਾਅਦ 'ਚ ਜਦੋਂ ਆਇਆ ਇਹਨਾਂ ਦਾ ਮਾਲਕ ਆਇਆ, ਉਹਨੇ ਆ ਕੇ ਫਾਇਰ ਮਾਰ ਲੱਗਾ, 3-4 ਕੱਢੇ, ਇੱਕ ਮੁੰਡੇ ਦੇ ਲੱਤ ਵਿੱਚ ਲਮਾਰਿਆ। ਸਾਡਾ ਤਾਂ ਇਹਨਾਂ ਨੇ ਚਿਰਾਗ ਮਿਟਾ ਦੇਣਾ ਕਿ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ। ਅਸੀਂ ਇਹ ਨਹੀਂ ਕਹਿੰਦੇ, ਉਹ ਅੱਗੇ ਵੀ ਕਰੇਮਾਂ ਦੇ ਵਿੱਚ ਆਇਆ, ਉਹਦੇ 'ਤੇ 2-3 ਪਰਚੇ ਅੱਗੇ ਵੀ ਹੈਗੇ ਆ, ਉੱਥੋਂ ਦਾ ਸੁਖਵਿੰਦਰ ਸਿੰਘ ਸਰਪੰਚ ਮਾਰੇਗਾ, ਉਹਦੇ ਵਿੱਚ ਵੀ ਉਹਦਾ ਹੱਥ ਹੈ। ਅਤੇ ਉਹਨੇ ਇੱਕ ਹੋਰ ਵੀ ਕਤਲ ਕੀਤਾ, ਉਹਦੇ ਵਿੱਚ ਜੇਲ੍ਹ ਕੱਟ ਗਿਆ, ਉਹ ਬੰਦੇ ਨੇ ਸਾਨੂੰ ਜਮ੍ਹਾਂ ਮਾਰ ਦੇਣਾ ਸੀਗਾ। ਗੋਲੀ ਵੱਜੀ ਕਿੱਥੇ ਵੱਜੀ? ਮੁੰਡੇ ਦੇ ਲੱਤ 'ਚ ਵੱਜੀ। ਹੁਣ ਕਿਵੇਂ ਕੰਡੀਸ਼ਨ ਕਿਵੇਂ ਹੁੰਦੀ? ਕੰਡੀਸ਼ਨ ਤਾਂ ਹੁਣ ਜੀ ਪਤਾ ਲੱਗੂਗਾ, ਹੁਣ ਸ਼ਹਿਰ ਦੇ ਵਿੱਚ ਊਂ ਮੁੜ ਕੇ ਜੋ ਡਿੱਗ ਪਿਆ, ਉੱਤੋਂ ਉਹਦੇ ਵਿੱਚ ਪਾਈਪਾਂ ਮਾਰ ਲੱਗ ਗਿਆ ਅਤੇ ਪਿਸਤੌਲ ਦੇ ਮਾਰ ਲੱਗ ਗਿਆ, ਜ਼ਖਮ ਹੈ ਗਿਆ ਜੀ। ਦੂਜੇ ਇੱਕ ਮੁੰਡੇ ਦੇ ਹੋਰ ਦੇ ਮਾਰਿਆ। ਕੀ ਮੰਗ ਕਰ? ਅਸੀਂ ਤਾਂ ਕਹਿੰਦੇ ਵੀ ਇਨਸਾਫ ਮਿਲਣਾ ਚਾਹੀਦਾ ਜੀ। ਅਸੀਂ ਜੇ ਹੁਣ ਵੀਡੀਓ ਵੇਖੀ ਉਹਨਾਂ ਨੇ, ਅਤੇ ਜੇ ਉਹ ਵੀਡੀਓ ਦੇ ਵਿੱਚ ਤਾਂ ਇਹ ਇੱਥੋਂ ਪਾਈ ਹੈਗੀ, ਚੱਲ ਠੀਕ ਹੈ ਅਸੀਂ ਕਹਿੰਦੇ ਹਾਂ, ਪਰ ਜੇ ਉਹ ਕਹਿੰਦੇ ਵੀ ਸਾਡਾ ਅਸੀਂ 50 ਗਿੱਲਾਂ ਦੀ ਵਾਹੀ ਕਰਦੇ ਹਾਂ, ਠੇਕੇ 'ਤੇ ਲੈ ਕੇ ਕਰਦੇ ਹਾਂ, ਜਵਾਕਾਂ ਦਾ ਮਿੰਟ ਦਾ ਵੇਲ ਨਹੀਂ ਲੱਗਦਾ, 3-4 ਜਣਕੇ ਜਿਹੜੇ ਸਾਡੇ ਜਿਹਨੇ ਵੀ ਜਵਾਕ ਗਰੁੱਪ 'ਚ ਆ, ਉਹ ਆਪਦੇ ਖੇਤੋਂ ਬਾਹਰ ਨਹੀਂ ਜਾਂਦੇ ਕਿ ਘਰ ਰਹਿੰਦੇ ਆ। ਅਤੇ ਇਹਦੇ ਕਰਕੇ ਹੁਣ ਜੇ ਕ੍ਰਾਈਮ ਕੀਤਾ ਤਾਂ ਤੁਹਾਨੂੰ ਪਤਾ ਲੱਗੇ, ਇਹ ਕੋਈ ਆਪਦੀ ਵੀ ਜ਼ਮੀਨ ਠਾਰੀ, ਇਹ ਠੇਕੇ 'ਤੇ ਲੈ ਕੇ ਕਰਦੇ ਆ, ਸਾਨੂੰ ਠੇਕੇ 'ਤੇ ਲੈ ਕੇ ਵੀ ਕਰਦੇ। ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਸੀ ਦੋ ਮੁੰਡੇ, ਉਹਨਾਂ ਦੇ ਕਿਵੇਂ, ਉਹਨਾਂ ਨੂੰ ਵੀ ਕੁੱਟਿਆ ਜਾਂਦਾ? ਉਹਦੇ ਇੱਕ ਦੇ ਤਾਂ ਵੱਜਿਆ ਇੱਥੇ 6:00 ਹੈ, ਅਤੇ ਇੱਕ ਦੇ ਸਿਰ 'ਤੇ ਵੱਜਿਆ ਜਦੋਂ ਉਹਦੇ ਪਿਸਤੌਲ ਮਾਰਿਆ, ਉਹਨਾਂ ਦੇ ਫਾਇਰ ਕੋਲ ਦੀ ਲੰਘਿਆ, ਜੇ ਕਰ ਕੁਦਰਤੀ ਉਹਨਾਂ ਦੇ ਵੀ ਵੱਜ ਸਕਦੇ ਆ। 5 ਫਾਇਰ ਕੀਤੇ, ਇਹ ਨਹੀਂ ਗੱਲ, ਉਹ ਇੱਕ ਤਾਂ ਮੁੰਡਾ ਇਹਦਾ ਗਿਆ, ਇਹਨਾਂ ਨੇ ਵੀ ਸਪਰੇਅ ਕਰਨ ਨੂੰ ਕਰਨੀ ਆ। ਉੱਥੇ ਇਸ ਸੰਬੰਧੀ ਗੱਲਬਾਤ ਕਰਦਿਆਂ ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪੁੱਜੀ, ਜਾਂਚ ਕੀਤੀ ਜਾ ਰਹੀ ਹੈ, CCTV ਕੈਮਰੇ ਖੰਗਾਲੇ ਜਾ ਰਹੇ ਨੇ। ਉੱਥੇ ਹੀ ਜ਼ਖਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਮੇਲੇ ਤੋਂ ਮੁੰਡੇ 3 ਜਣੇ ਮੋਟਰਸਾਈਕਲ ਤੇ ਪੰਪ ਤੇ ਤੇਲ ਲੈਣ ਆਏ ਸੀ, ਜਦੋਂ ਤੇਲ ਪਾਉਣ ਲੱਗੇ ਬੋਤਲਾਂ 'ਚ, ਤੇ ਉਹਨਾਂ ਨੇ ਪੰਪ ਵਾਲਿਆਂ ਨੇ ਪਾਇਆ ਨਹੀਂ ਮੋਣਾ ਕੱਪਾ, ਉਹ ਕਹਿੰਦੇ ਦੂਸਰਿਆਂ ਨੂੰ ਕਿਉਂ ਪਾ ਰਹੇ ਹਾਂ ਫਿਰ, ਜਾਂ ਇਹਨਾਂ ਨੂੰ ਵੀ ਨਾ ਪਾਓ। ਇਸ ਗੱਲ 'ਤੇ ਇਹਨਾਂ ਦਾ ਤਕਰਾਰ ਹੋ ਗਿਆ, ਤਕਰਾਰ ਹੋਇਆ ਤਾਂ ਇਹਨਾਂ ਆਪਸ ਮੇਂ ਪੰਪ ਵਾਲੇ ਇਹਨਾਂ ਦੇ ਗਲ ਪੈ ਕੇ ਲੜ ਪਏ, ਉੱਥੇ ਪੰਪ ਵਾਲੇ ਨੇ ਫਿਰ ਆਪਦੇ ਰਿਵਾਲਵਰ ਨਾਲ ਇਹਦੇ ਫਾਇਰ ਕਰਤਾ, ਜਿਹਦੇ ਗੋਲੀ ਲੱਗੀ ਹੈ।
ਅਤੇ ਇਹਦਾ ਬਿਆਨ ਲਿਖ ਲਿਆ, ਜੋ ਬਣਦੀ ਉਹ ਕਾਰਵਾਈ ਕਰ ਰਹੇ ਹਾਂ। ਕੋਈ ਰੇਟ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ? ਰੇਟ ਨੂੰ ਲੈ ਕੇ ਕਹਿੰਦੇ ਆ ਵੀ ਇਹਨਾਂ ਨੇ ਬਿਆਨ 'ਚ ਇਹੀ ਲਿਖਾਇਆ ਵੀ ਉਹ ਸਾਡੇ ਤੋਂ ਵੱਧ ਰੇਟ ਮੰਗਦੇ ਸੀ, ਅਸੀਂ ਕਿਹਾ ਵੀ ਜੋ ਸਹੀ ਰੇਟ ਆ ਸੀ ਉਹ ਦੇਵਾਂਗੇ, ਅਤੇ ਇਸ ਕਰਕੇ ਇਹਨਾਂ ਨੇ ਉਹਨਾਂ ਨੇ ਤੇਲ ਪਾਉਣ ਤੋਂ ਇਹਨਾਂ ਨੂੰ ਮਨਾ ਕੀਤਾ। ਇਹ ਕਹਿੰਦੇ ਫਿਰ ਜੇ ਸਾਨੂੰ ਨਹੀਂ ਪਾਉਣਾ ਅਸੀਂ ਦੂਜਿਆਂ ਨੂੰ ਵੀ ਨਹੀਂ ਪਾਉਣ ਦੇਣਾ, ਇਸ ਗੱਲ ਤੋਂ ਇਹਨਾਂ ਦੀ ਉੱਥੇ ਲੜਾਈ ਹੋਈ, ਪਰ ਉਹਨਾਂ ਨੇ ਲੜਨ ਤੋਂ ਬਾਅਦ ਉਹਨਾਂ ਨੇ ਪਿਸਟਲ ਨਾਲ ਫਾਇਰ ਕੀਤਾ। ਸਰ ਇੱਕ ਸੱਜੀ ਲੱਤ ਲੱਗਾ, ਜਿਹੜੀ CCTV ਇੱਕ ਸਾਹਮਣੇ ਆਈ ਹੈ ਉਸ ਵਿੱਚ ਦੇਖਿਆ ਗਿਆ ਕਿ ਕੁਛ ਵਿਅਕਤੀ ਇੱਕ ਵਿਅਕਤੀ ਨੂੰ ਕੁੱਟਦੇ ਵੀ ਨਜ਼ਰ ਆਏ ਸੀਗੇ, ਮਾਰਕੁੱਟ ਵੀ ਕਰਦੇ ਆਏ ਸੀ, ਉਹ ਕਿੰਨਾਂ ਦੀ ਕੁੱਟਮਾਰ ਕਰ ਰਹੇ ਸੀ? ਇਸੇ ਮੁੰਡੇ ਦੀ ਪਹਿਲਾਂ ਕੁੱਟਮਾਰ ਕਰ ਰਹੇ ਸੀ। ਓਕੇ ਜੀ, ਇਸੇ ਮੁੰਡੇ ਨੂੰ ਪਹਿਲਾਂ ਉਹਨੇ ਤਾਂ CCTV ਫੁਟੇਜ ਦੇਖੀ ਹੈ, ਪਹਿਲਾਂ ਜਦੋਂ ਇਹ ਤੇਲ ਤੋਂ ਖੜ੍ਹੇ ਖੜ੍ਹੇ ਤਕਰਾਰ ਹੁੰਦਾ ਹੈ, ਇਹਨੂੰ ਧੱਕਾ ਮਾਰ ਕੇ ਸਿੱਟਦੇ ਆ, ਆਪਸ ਮੇਂ ਥੁੱਬਈ ਹੁੰਦੇ ਆ, ਇਹ ਵੀ ਮਾਰਦਾ ਉਹ ਵੀ ਮਾਰਦਾ ਹੈ ਜੀ, ਫਿਰ ਉਹ ਬਾਅਦ 'ਚ ਉਸ ਤੋਂ ਬਾਅਦ ਫਾਇਰ ਕਰਦਾ। ਸਰ ਕੋਈ ਰਾਊਂਡ ਅਪ ਵੀ ਕੀਤਾ ਇਸ ਮਾਮਲੇ ਵਿੱਚ ਕਿਸੇ ਨੂੰ? ਨਹੀਂ ਫਿਲਹਾਲ ਕੋਈ ਨਹੀਂ, ਮੁਕੱਦਮਾ ਦਰਜ ਕਰ ਲਿਆ, ਸਾਡੀ ਟੀਮ ਗਈ ਹੋਈ ਉੱਥੇ, ਮੁਕੱਦਮਾ ਦਰਜ ਕਰ ਲਿਆ, ਮੁਕੱਦਮਾ ਦਰਜ ਕਰ ਰਹੇ ਹਾਂ, ਬਿਆਨ ਲਿਖਿਆ ਜੀ।